ਬਿਸਮਿਲ੍ਲਾਹਿ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ ਨਾਜ਼ਰੀਨ ਕੀ ਹਾਲ ਜਨਾਬ ਠੀਕ ਹੋ ਉਮੀਦ ਕਰਦੇ ਹਾਂ ਵੀ ਸਾਰੇ ਖੈਰ ਖਰੀਦ ਨਾਲ ਹੋਣਗੇ ਅੱਲਾਹ ਤਾਲਾ ਹਰ ਇਨਸਾਨ ਨੂੰ ਸਿਹਤ ਤੰਦਰੁਸਤੀ ਤਾਂ ਫਰਮਾਏ ਔਰ ਆਪਣੀ ਹਿਫਜ਼ੋ ਇਮਾਨ ਦੇ ਵਿੱਚ ਰੱਖੇ ਜਨਾਬ ਤੁਹਾਡਾ ਵੀਰ ਸਈਦ ਸ਼ਾਨਵਾਦ ਤੁਸੀਂ ਵੇਖਦੇ ਪਏ ਹੋ SS ਟਰਾਂਸਪੋਰਟ ਕੰਪਨੀ ਮੇਰਾ ਯੂਟਿਊਬ ਦਾ ਚੈਨਲ ਜਨਾਬ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋ ਗਿਆ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਮੇਰੀ ਬੈਕ ਸਾਈਡ 'ਤੇ ਜਿਹੜੀ ਗੱਡੀ ਆ ਇਹ ਗੱਡੀ ਖੜੀ ਹੈ ਬੈਡਫੋਰਡ ਗੱਡੀ ਹੈ ਅਤੇ ਇਹ ਨਵੀਂ ਤਿਆਰ ਕਰਾ ਕੇ ਲਿਆਂਦੀ ਹੈ ਭਾਈ ਹੋਰਾਂ ਨੇ ਗੱਡੀ ਪੁਰਾਣੀ ਗੱਡੀ ਸੀ ਕਾਫੀ ਅਰਸੇ ਤੋਂ ਇਹਨਾਂ ਦੇ ਕੋਲ ਚੱਲ ਤਕਰੀਬਨ 15-16 ਸਾਲ ਤੋਂ ਚੱਲ ਰਹੀ ਹੈ ਅਤੇ ਲੇਕਿਨ ਇਹ ਕਿ ਹੁਣ 0 ਮੀਟਰ ਬਾਡੀ ਨਵੀਂ ਰਖਵਾਈ ਆ ਸਾਰਾ ਕੰਮ ਸ਼ਾਮ ਜਿਹੜਾ ਨਾ ਮੇਰਾ ਲਵੇਖ ਤੂੰ ਰੱਖ ਮੈਂ ਆਪ ਹੀ ਦਿਖਾ ਲਾਂ ਸਾਰਾ ਕੰਮ ਸ਼ਾਮ ਜਿਹੜਾ ਨਾ ਇਹਨਾਂ ਨੇ ਨਵਾਂ ਕਰਵਾ ਕੇ 0 ਮੀਟਰ ਪਹਿਲਾਂ ਚੱਕਰ ਆਏ ਨੇ ਅਤੇ ਇਹਦਾ ਰਿਵਿਊ ਕਰਵਾਉਣ ਲੱਗਾ ਜਨਾਬ ਅਤੇ ਫਿਰ ਤੁਹਾਨੂੰ ਵੀਡੀਓ ਦੇ ਐਂਡ ਤੋਂ ਦੱਸਦਾ ਭਾਈ ਇੱਥੇ ਕਿੰਨਾ ਖਰਚਾ ਆਇਆ ਔਰ ਇਹ ਕਿੰਨੇ 'ਚ ਗੱਡੀ ਪਈ ਇਹਨਾਂ ਨੂੰ ਕਿੰਨਾ 'ਚ ਤਿਆਰ ਹੋਈ ਸਾਰੀ ਗੱਡੀ ਸਾਰੀ ਗੱਲਬਾਤ ਫਿਰ ਵੀਡੀਓ ਦੇ ਐਂਡ ਤੋਂ ਤੁਹਾਨੂੰ ਦੱਸਦੇ ਹਾਂ ਇਨਸ਼ਾਅੱਲਾ ਤਾਲਾ ਔਰ ਪਹਿਲਾਂ ਗੱਡੀ ਵੇਖੀਏ ਬਹੁਤ ਜ਼ਬਰਦਸਤ ਔਰ ਸੋਹਣੀ ਗੱਡੀ ਤਿਆਰ ਹੋਈ ਆ ਅਤੇ ਇਨਸ਼ਾਅੱਲਾ ਤਾਲਾ ਤੁਹਾਡਾ ਰਿਵਿਊ ਕਰਵਾਉਂਦਾ ਮੈਂ ਔਰ ਚੱਲੀਏ ਜਨਾਬ ਗੱਡੀ ਵੇਖੀਏ ਨਾਲ ਔਰ ਜੀ ਜਨਾਬ ਫਰੰਟ ਦੇਖੋ ਗੱਡੀ ਦਾ ਫਰੰਟ ਚੈੱਕ ਕਰੋ ਇੱਕ ਇੱਕ ਚੀਜ਼ ਚੈੱਕ ਕਰੋ ਗੱਡੀ ਦੀ ਬਹੁਤ ਪਿਆਰੀ 0 ਮੀਟਰ ਗੱਡੀ ਤਿਆਰ ਹੋਈ ਜਨਾਬ ਇਹ ਵਾਲਾ ਜਿਹੜਾ ਪੇਂਟ ਨਾ ਜਿਹੜਾ ਪੇਂਟ ਇਹ ਬਹੁਤ ਜ਼ਬਰਦਸਤ ਪੇਂਟ ਆ ਡੀਕੋ ਪੇਂਟ ਇਹਨੂੰ ਕਹਿੰਦੇ ਨੇ ਇਹ ਕਰਵਾਇਆ ਹੋਇਆ ਸ਼ੋਰੂਮ ਕਈ ਲੋਕਲ ਪੇਂਟ ਵੀ ਕਰਵਾ ਲੈਂਦੇ ਆ ਸਕਰੀਨ ਇਹ ਸ਼ੋਰ ਸਾਰੇ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਗੱਡੀ ਹੈ ਅੱਗੇ ਟਾਇਰ ਜਿਹੜੇ ਪਾਏ ਨਾ ਜਨਾਬ ਉਹ 8-5-20 ਦੇ ਨੇ ਗੱਡੀ ਜ਼ਬਰਦਸਤ ਬਾਡੀ ਜਿਹੜੀ ਬਣਾਈ ਹੈ ਨਾ ਬਿਲਕੁਲ 0 ਮੀਟਰ ਬਣਾਈ ਹੈ ਨਵੀਂ ਪੁਰਾਣੀ ਜਿਹੜੀ ਬਾਡੀ ਇੱਥੇ ਗੱਡੀ 'ਤੇ ਪਹਿਲੇ ਹੈਗੀ ਸੀ ਨਾ ਉਹ ਲਾ ਤੀ ਸਾਰੀ ਉਹ ਉਹਨਾਂ ਨੇ ਸੇਲ ਕਰ ਦਿੱਤੀ ਆ ਅਤੇ ਬਾਡੀ ਸਾਰੀ 0 ਮੀਟਰ ਨਵੀਂ ਬਣੀ ਹੈ
ਆ ਥੱਲੇ ਸ਼ੀਟ ਜਿਹੜੀ ਨਾ ਆਹ ਸ਼ੀਟ ਹੈ ਇਹ ਸਟੀਲ ਦੀ ਲਵਾਈ ਹੈ, ਸਟੀਲ ਦੀ ਇਹ ਟਾਇਰਾਂ ਦੇ ਉੱਪਰਲੀ ਸਾਈਡ 'ਤੇ ਇਸ ਵਜ੍ਹਾ ਤੋਂ ਲਵਾਈ ਹੈ ਤਾਂ ਕਿ ਚਿੱਕੜ ਚੁੱਕੜ ਜਿਹੜਾ ਨਾ ਉਹ ਈਜ਼ੀਲੀ ਲੈ ਜਾਂਦਾ ਅਤੇ ਨਾਲੇ ਗਲਦੀ ਨਹੀਂ। ਪਿੱਛੇ ਟਾਇਰ ਜਿਹੜੇ ਪਾਏ ਇਹਨਾਂ ਨੇ ਉਹ ਪਾਏ ਨੇ 920 ਦੇ। ਆਹ ਬੈਕ ਸਾਈਡ ਆ, ਦੂਸਰੀ ਸਾਈਡ ਸਿਲੰਡਰ ਸਾਈਡ ਉਹ ਵੀ ਚੈੱਕ ਕਰੋ ਜ਼ਰਾ, ਇਹ ਦੇਖੋ ਦੇਖੋ ਬਿਲਕੁਲ ਜ਼ਬਰਦਸਤ ਗੱਡੀ ਜੀ, ਬਿਹਤਰੀਨ ਗੱਡੀ ਤਿਆਰ ਹੋਈ ਹੈ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਇਹ ਦੇਖੋ ਜਨਾਬ ਅੰਦਰੋਂ ਗੱਡੀ ਦੇਖੋ, ਕਿਆ ਰੀਝਾਂ ਨਾਲ ਗੱਡੀ ਬਣਾਈ ਜਨਾਬ, ਜ਼ਬਰਦਸਤ ਬਿਹਤਰੀਨ ਔਰ ਮਜ਼ੇਦਾਰ, ਸ਼ੌਕ ਦਾ ਕੋਈ ਮੁੱਲ ਨਹੀਂ। ਮੁੜ ਕੇ ਫਿਰ ਲੈ ਲੱਤਾਂ ਲਾਣੀ ਲੈ ਲਿਆ ਨੀ ਜਾਣਾ ਕਿੱਥੇ ਲੱਗਾ ਹੋਇਆ, ਐਲ ਸੀ ਡੀ ਲੱਗੀ ਹੋਈ ਹੈ। ਲਓ ਜੀ ਜਨਾਬ ਡੈਸ਼ਬੋਰਡ ਚੈੱਕ ਕਰੋ, ਵਾਹ ਜੀ ਵਾਹ, ਐਲ ਸੀ ਡੀ ਵੀ ਲੱਗੀ ਹੈ ਭਾਅ ਜੀ, ਇਹਨੂੰ ਕਹਿੰਦੇ ਸ਼ੌਕ ਦਾ ਕੋਈ ਮੁੱਲ ਨਹੀਂ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਜ਼ਬਰਦਸਤ ਜ਼ਬਰਦਸਤ, ਬਹੁਤ ਹੀ ਜ਼ਬਰਦਸਤ। ਇਹ ਵੀਲ ਕੱਪ ਜੀ ਇਹ ਸ਼ਾਮ ਨੂੰ ਲਾਉਣਗੇ ਇਨਸ਼ਾਅੱਲਾ ਤਾਲਾ, ਫਿਰ ਰਾਤ ਨੂੰ ਲਾਈਟਿੰਗ ਸ਼ਾਈਟਿੰਗ ਸਾਰੀ ਬਾਲ ਕੇ ਨਾ ਉਹ ਵੀ ਤੁਹਾਨੂੰ ਦਿਖਾਵਾਂਗੇ।
ਬਸ ਨਾ ਲਾਓ ਸੀ, ਬਸ ਮੈਂ ਉੱਥੇ ਚ ਲੈ ਆਉਂਦੀ ਜ਼ਬਰਦਸਤ ਜ਼ਬਰਦਸਤ ਪੱਖਾ ਲੱਗਾ ਹਵਾ, ਐਂ ਦੇਖੋ ਸਪੀਕਰ ਵੀ ਲੱਗੇ ਹੋਏ, ਬਹੁਤ ਜ਼ਬਰਦਸਤ ਬਹੁਤ ਜ਼ਬਰਦਸਤ। ਲਓ ਜੀ ਜਨਾਬ, ਇਹ ਸੀ ਅੱਜ ਦੀ ਵੀਡੀਓ ਜਿਹੜੀ ਮੈਂ ਆਪਣੇ ਨਾਜ਼ਰੀਨ ਨਾਲ ਸ਼ੇਅਰ ਕੀਤੀ ਆ। ਬੈਡਫੋਰਡ ਰਾਕਟ ਗੱਡੀ ਜਨਾਬ, ਜੈਨਮਨ ਬੈਡਫੋਰਡ ਰਾਕਟ, ਇਹਦੀ ਵੀਡੀਓ ਬਣਾਈ ਹੈ ਜਨਾਬ। ਸਾਰੀ ਗੱਡੀ ਜਿਹੜੀ ਮੇਰੀ ਬੈਕ ਸਾਈਡ ਖੜੀ ਤੁਹਾਨੂੰ ਚੈੱਕ ਕਰਾਈ ਹੈ, 0 ਮੀਟਰ ਗੱਡੀ ਤਿਆਰ ਹੋਈ ਹੈ। 18 ਲੱਖ ਰੁਪਇਆ ਲੱਗਾ ਇਹਨਾਂ ਦਾ, 18 ਲੱਖ ਰੁਪਇਆ। ਬਾਡੀ 0 ਮੀਟਰ ਰਖਾਈ, ਇੱਥੇ ਪੁਰਾਣੀ ਬਾਡੀ ਲਾ ਦਿੱਤੀ ਇਹਨਾਂ ਨੇ। ਗੱਡੀ ਵੈਸੇ ਪੁਰਾਣੀ ਪਹਿਲੇ ਦੀ ਇਹਨਾਂ ਕੋਲ ਸੀਗੀ, ਵਾਹਵਾ 1500 ਸਾਲ ਤੋਂ ਲਈ ਹੋਈ ਇਹਨਾਂ ਨੇ। ਮੱਲਾ ਆਲਮ 10 ਲੱਖ ਦੀ ਲਈ, 8 ਲੱਖ ਦੀ ਲਈ, ਜਿੰਨੇ ਦੀ ਵੀ ਲਈ ਆ, ਜਾਂ 12 ਲੱਖ ਦੀ ਲਈ ਆ, ਲੇਕਿਨ ਇਹ ਆ ਕਿ ਗੱਡੀ ਤਿਆਰ ਹੋਣ 'ਤੇ 18 ਲੱਖ ਰੁਪਇਆ ਲੱਗਾ ਇਹਨਾਂ ਦਾ। ਬਿਲਕੁਲ ਸਾਰੀ ਗੱਡੀ ਮੁਕੰਮਲ ਤਿਆਰ ਹੋ ਗਈ, ਅਤੇ ਇਹ ਅੱਜ ਰਿਵਿਊ ਕਰਾਇਆ ਮੈਂ ਆਪਣਾ ਬੈਡਫੋਰਡ ਦਾ ਟਰੱਕ ਦਾ ਆਪਣੇ ਨਾਜ਼ਰੀਨ ਨਾਲ ਸ਼ੇਅਰ ਕੀਤਾ ਸਾਰੀ ਵੀਡੀਓ। ਅਤੇ ਅਗਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ, ਮਿਹਰਬਾਨੀ, ਬਹੁਤ ਸ਼ੁਕਰੀਆ। ਨੈਕਸਟ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗਾ। ਅੱਲਾ ਹਾਫਿਜ਼।